ਰੂਟੀਨ 'ਚ ਸਾਰੇ ਬੰਦੇ ਆ ਰਹੇ ਨੇ, ਬਾਜਵਾ ਸਾਹਿਬ ਵੀ ਮਿਲ ਕੇ ਗਏ ਨੇ, ਮੈਂ ਵੀ ਮਿਲ ਕੇ ਆਇਆ, ਔਰ ਚੰਗੀ ਸਿਹਤ ਉਹਨਾਂ ਦੀ ਠੀਕ ਨੇ। ਕਿਸ ਤਰ੍ਹਾਂ ਦੇਖ ਰਹੇ ਹੋ ਇਸ ਤਰ੍ਹਾਂ ਦਾ ਰਵੱਈਆ ਸਰਕਾਰ ਦਾ? ਇਹ ਸਰਕਾਰ ਦਾ ਰਵੱਈਆ ਤੁਹਾਡੇ ਸਾਹਮਣੇ ਹੈ, ਔਰ ਮੈਂ ਤਾਂ ਇੰਨਾ ਹੀ ਕਹਾਂਗਾ ਕਿ ਆਪਣੇ ਦੋਸਤ ਨੂੰ, ਆਪਣੇ ਮਿੱਤਰ ਨੂੰ, ਪਾਰਟੀ ਦਾ ਸਾਡਾ ਕੁਲੀਗ, ਉਹਨੂੰ ਮਿਲਣ ਆਏ ਸੀ, ਮਿਲਣ ਦਾ ਇਨਸਾਨੀਅਤ ਤੌਰ 'ਤੇ ਫਰਜ਼ ਵੀ ਹੈ। ਲੋਕ ਸਭਾ ਚੋਣਾਂ ਤਾਂ ਤਿਆਰੀਆਂ 'ਚ ਤਾਂ ਕਾਂਗਰਸ ਪਾਰਟੀ ਭਾਵੇਂ ਅੱਜ ਕਰਾ ਲੈਣ। ਕਿਸ ਤਰ੍ਹਾਂ ਦੇ ਹਾਲਾਤ ਨੇ? ਹਾਲਾਤ ਬਹੁਤ ਵਧੀਆ ਨੇ, ਤਾਂ ਲੋਕ ਦੱਸਣਗੇ, ਇਹ ਜਨਤਾ ਦਾ ਕੰਮ ਹੈ, ਜਨਤਾ ਨੇ ਦੱਸਣਾ, ਪਤਾ ਲੱਗ ਜੂਗਾ ਜਦੋਂ ਸੰਦੂਕੜੀਆਂ ਖੁੱਲਣਗੀਆਂ। ਤਾਂ ਮੈਂ ਤਾਂ ਆਸ ਕਰਦਾ ਕਿ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ। ਕੱਲ੍ਹ ਵੀ ਮੋਹਾਲੀ ਈਡੀ ਅੱਗੇ ਪੇਸ਼ ਹੋਏ ਨੇ, ਖਹਿਰਾ ਕਿਵੇਂ ਦੇਖਦੇ? ਇਹ ਤਾਂ ਖਹਿਰਾ ਸਾਹਿਬ ਨੂੰ ਦੱਸਣਗੇ, ਮੈਂ ਤਾਂ ਨਹੀਂ ਦੱਸ ਸਕਦਾ ਸੀ। ਇਹ ਉਹਨਾਂ ਨੇ ਭਗਵੰਤ ਮਾਨ ਨੇ ਕਿਹਾ ਵੀ ਡਿਬੇਟ, ਕੀ ਲੱਗਦਾ ਡਿਬੇਟ ਹੋਣੀ ਚਾਹੀਦੀ ਹੈ ਕਿ ਨਹੀਂ? ਇਹ ਡਿਬੇਟ ਸਾਡੇ ਸੀਨੀਅਰ ਲੀਡਰ ਆ, ਉਹਨਾਂ ਨੂੰ ਬੁਲਾਇਆ, ਇਹ ਤਾਂ ਲੀਡਰ ਹੀ ਦੱਸ ਸਕਦੇ ਨੇ, ਮੈਂ ਕੀ ਦੱਸ ਸਕਦਾ ਇਹਦੇ ਵਿੱਚ। ਧੰਨਵਾਦ। ਠੀਕ ਹੈ, ਠੀਕ ਹੈ ਜੀ।